ਸਤਿ ਸ਼੍ਰੀ ਅਕਾਲ ਦੋਸਤੋ, ਚੈਨਲ ਪੰਜਾਬ ਨਿਊਜ਼ ਅਪਡੇਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ। ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ। ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ। ਦੋਸਤੋ, ਸ਼ੁਰੂਆਤ ਕਰਦੇ ਹਾਂ ਬਜਟ ਸੈਸ਼ਨ 2022 ਤੋਂ। ਜਾਣੋ ਵਿਧਾਨ ਸਭਾ 'ਚੋਂ ਕਿਹੜੇ ਕਿਹੜੇ ਮੁੱਦਿਆਂ 'ਤੇ ਬੋਲੇ ਸੀਐਮ ਮਾਨ। ਬਜਟ ਸੈਸ਼ਨ 2022 ਦੇ ਦੂਜੇ ਦਿਨ ਸੀਐਮ ਭਗਵੰਤ ਮਾਨ ਨੇ ਵਿਧਾਨ ਸਭਾ 'ਚੋਂ ਬੋਲਦਿਆਂ 15 ਦੇ ਨੇੜੇ ਮੁੱਦਿਆਂ 'ਤੇ ਗੱਲ ਕੀਤੀ। ਉਹਨਾਂ ਨੇ ਆਪਣੇ ਭਾਸ਼ਣ ਵਿੱਚ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਨ ਦਾ ਭਰੋਸਾ ਦਿੱਤਾ, ਨਾਲ ਹੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਗੱਲ ਕਹੀ। ਉਹਨਾਂ ਨੇ ਆਪਣੇ ਭਾਸ਼ਣ ਦੇ ਦੌਰਾਨ ਭ੍ਰਿਸ਼ਟਾਚਾਰ, ਸਕੂਲ ਸੁਧਾਰ, ਸੇਵਾ ਕੇਂਦਰ, ਗੈਂਗਸਟਰਵਾਦ ਆਦਿ ਮੁੱਦਿਆਂ ਬਾਰੇ ਕਿਹਾ। ਉਹਨਾਂ ਦੇ ਕਹੇ ਭਾਸ਼ਣ ਦੀਆਂ ਅਹਿਮ ਗੱਲਾਂ ਇਸ ਪ੍ਰਕਾਰ ਹਨ। ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾਵੇਗਾ। ਉਹਨਾਂ ਨੇ ਕਿਹਾ ਨਾ ਹੀ ਭ੍ਰਿਸ਼ਟਾਚਾਰ ਕਰਨ ਵਾਲੇ ਬਖਸ਼ੇ ਜਾਣਗੇ ਅਤੇ ਨਾ ਹੀ ਫੋਕੇ ਦਾਅਵੇ ਕਰਨ ਵਾਲੇ। ਕਰਪਸ਼ਨ ਦੇ ਖਿਲਾਫ 47 ਗ੍ਰਿਫਤਾਰੀਆਂ ਹੋ ਚੁੱਕੀਆਂ ਨੇ, ਇੱਕ ਵਿਧਾਇਕ ਇੱਕ ਪੈਨਸ਼ਨ। ਸਰਕਾਰ ਦੁਆਰਾ ਚੁੱਕਿਆ ਗਿਆ ਮਿਸਾਲੀ ਕਦਮ ਹੈ। 100 ਦਿਨਾਂ 'ਚੋਂ ਸਰਕਾਰ ਨੇ ਵੱਡੇ ਫੈਸਲੇ ਕੀਤੇ ਨੇ। 122 ਨਵੀਆਂ ਸਕੀਮਾਂ ਸ਼ੁਰੂ ਕੀਤੀਆਂ ਨੇ। ਪੰਜਾਬ ਦੇ ਸਕੂਲਾਂ ਵਿੱਚ ਸੁਧਾਰ ਕੀਤਾ ਜਾਵੇਗਾ। ਅਧਿਆਪਕ ਕੇਵਲ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਕਰਨਗੇ, ਅਧਿਆਪਕਾਂ ਨੂੰ ਵਿਦੇਸ਼ ਭੇਜਿਆ ਜਾਵੇਗਾ। ਪੰਜਾਬ ਦੇ ਵਿੱਚ ਗੈਂਗਸਟਰਵਾਦ ਨੂੰ ਖਤਮ ਕਰਨ ਦੇ ਲਈ AGTF ਦਾ ਗਠਨ ਕੀਤਾ ਗਿਆ ਹੈ। ਆਉਣ ਵਾਲੇ ਸਮੇਂ ਵਿੱਚ ਜੇਲ੍ਹਾਂ ਨੂੰ ਅਤਿ ਸੁਰੱਖਿਅਤ ਜੇਲ੍ਹਾਂ ਵਜੋਂ ਵਿਕਸਿਤ ਕੀਤਾ ਜਾਵੇਗਾ। ਕਾਲਜ ਯੂਨੀਵਰਸਿਟੀਆਂ ਨੂੰ ਅਪਡੇਟ ਕੀਤਾ ਜਾ ਰਿਹਾ ਹੈ। ITI ਨਾਲ ਜੁੜੇ 44 ਨਵੇਂ ਕੋਰਸ ਸ਼ੁਰੂ ਕੀਤੇ ਜਾਣਗੇ। ਪੰਜਾਬ ਵਿੱਚ 25,000 ਘਰ ਬਣਾਏ ਜਾਣਗੇ। 75 ਮੁਹੱਲਾ ਕਲੀਨਿਕ ਖੋਲ੍ਹੇ ਜਾਣਗੇ। ਮੂੰਗੀ 'ਤੇ 7,275 ਰੁਪਏ MSP ਦਿੱਤੀ ਜਾ ਰਹੀ ਆ। ਪੰਜਾਬ ਦੇ ਵਿੱਚ ਵਧੀਆ ਸਟੇਡੀਅਮ ਬਣਾਏ ਜਾਣ ਦੀ ਜ਼ਰੂਰਤ ਹੈ। ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦਿੱਤੇ ਜਾਣਗੇ। ਦੋਸਤੋ, ਤੁਹਾਨੂੰ ਕੀ ਲੱਗਦਾ, ਭਗਵੰਤ ਮਾਨ ਸਰਕਾਰ ਇਹ ਸਾਰੇ ਵਾਅਦੇ ਪੂਰੇ ਕਰ ਰਹੀ ਹੈ ਜਾਂ ਨਹੀਂ? ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਯੈਸ ਜਾਂ ਨੋ ਲਿਖ ਸਕਦੇ ਹੋ। ਵੀਡੀਓ ਨੂੰ ਲਾਈਕ, ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ। ਸਮਾਰਟ ਵਾਚ ਦੇ ਜ਼ਰੀਏ ਫਾਸਟੈਗ ਸਕੈਨ ਕਰਕੇ ਅਕਾਊਂਟ 'ਚੋਂ ਰਕਮ ਉਡਾਉਣ ਦਾ ਦਾਅਵਾ। ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਫਾਸਟੈਗ ਸਕੈਨਿੰਗ ਦੇ ਨਾਲ ਪੈਸੇ ਚੋਰੀ ਦਿਖਾਈ ਗਈ। ਬੱਚਾ ਫਾਸਟੈਗ ਨੂੰ ਸਕੈਨ ਕਰ ਰਿਹਾ। ਵੀਡੀਓ ਦੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇੱਕ ਗੈਂਗ ਪੈਸੇ ਦੀ ਚੋਰੀ ਕਰ ਰਿਹਾ। ਸਰਕਾਰੀ ਏਜੰਸੀ ਨੇ ਇਸ ਵੀਡੀਓ ਨੂੰ ਫਰਜ਼ੀ ਦੱਸਿਆ ਹੈ। ਇਸ ਤੋਂ ਬਾਅਦ ਉਹ ਫਰਾਰ ਹੋ ਜਾਂਦਾ। ਵੀਡੀਓ ਦੇ ਵਿੱਚ ਕਾਰ ਚਾਲਕ ਦੱਸਦਾ ਹੈ ਕਿ ਬੱਚੇ ਨੇ ਕਾਰ ਨੂੰ ਸਾਫ਼ ਕਰਨ ਦੇ ਬਹਾਨੇ ਸਕੈਮ ਕੀਤਾ। ਉਸਨੇ ਫਾਸਟੈਗ ਦੇ ਵਿੱਚ ਜਮ੍ਹਾਂ ਪੈਸੇ ਆਪਣੀ ਸਮਾਰਟ ਵਾਚ ਦੇ ਨਾਲ ਸਕੈਨ ਕਰਕੇ ਕੱਢ ਲਏ ਹਨ। ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਗੁਜਰਾਤ ਦੰਗਿਆਂ ਬਾਰੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੈਂ ਦਰਦ ਝੇਲਦੇ ਦੇਖਿਆ, ਅਮਿਤ ਸ਼ਾਹ। ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਨੇਤਾ ਅਮਿਤ ਸ਼ਾਹ ਨੇ ਇੱਕ ਖਾਸ ਇੰਟਰਵਿਊ 2002 ਦੇ ਵਿੱਚ ਗੁਜਰਾਤ ਵਿੱਚ ਹੋਏ ਫਿਰਕੂ ਦੰਗਿਆਂ ਬਾਰੇ ਵਿਸਥਾਰ ਦੇ ਨਾਲ ਆਪਣੀ ਗੱਲ ਰੱਖੀ। ਇਸ ਇੰਟਰਵਿਊ ਵਿੱਚ ਉਹਨਾਂ ਨੇ ਤਤਕਾਲੀ ਮੁੱਖ ਮੰਤਰੀ ਰਹੇ ਪ੍ਰਧਾਨ ਮੰਤਰੀ ਉੱਤੇ ਲਾਏ ਗਏ ਇਲਜ਼ਾਮਾਂ ਬਾਰੇ ਜਵਾਬ ਦਿੱਤਾ। ਅਮਿਤ ਸ਼ਾਹ ਦਾ ਇਸ ਇੰਟਰਵਿਊ 'ਚੋਂ ਗੁਜਰਾਤ ਦੰਗਿਆਂ ਨੂੰ ਲੈ ਕੇ ਸੁਪਰੀਮ ਕੋਰਟ ਦੇ ਇੱਕ ਅਹਿਮ ਫੈਸਲੇ ਦੇ ਇੱਕ ਦਿਨ ਬਾਅਦ ਪ੍ਰਸਾਰਿਤ ਹੋਇਆ ਹੈ। ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਭਗਵੰਤ ਮਾਨ ਸਰਕਾਰ ਨੇ ਵਾਈਟ ਪੇਪਰ ਜਾਰੀ ਕੀਤਾ। ਪੰਜਾਬ 'ਤੇ 2,63,265 ਕਰੋੜ ਰੁਪਏ ਦਾ ਕਰਜ਼ਾ। ਪੰਜਾਬ ਦੇ ਬਜਟ ਸੈਸ਼ਨ ਦੌਰਾਨ ਵਿੱਤ ਮੰਤਰੀ ਹਰਪਾਲ ਚੀਮਾ ਨੇ ਬਜਟ ਸੈਸ਼ਨ ਵਿੱਚ ਵਾਈਟ ਪੇਪਰ ਜਾਰੀ ਕੀਤਾ। ਵਾਈਟ ਪੇਪਰ ਵਿੱਚ ਜ਼ਿਕਰ ਕੀਤਾ ਗਿਆ ਕਿ ਪੰਜਾਬ ਦੇ ਸਿਰ 2,63,265 ਕਰੋੜ ਰੁਪਏ ਦਾ ਕਰਜ਼ਾ ਹੈ। ਪੰਜਾਬ ਦੇ ਮੁਲਾਜ਼ਮਾਂ, ਪੈਨਸ਼ਨਰਾਂ ਸਮੇਤ 6ਵੇਂ ਤਨਖਾਹ ਕਮਿਸ਼ਨ ਦੇ 13,7,65 ਕਰੋੜ ਰੁਪਏ ਬਕਾਏ ਨੇ। PSPCL ਦੀ ਸਬਸਿਡੀ ਦੇ 7,117.86 ਕਰੋੜ ਰੁਪਏ। ਇਸ ਤੋਂ ਪਹਿਲਾਂ ਪੰਜਾਬ ਦੇ ਬਜਟ ਸੈਸ਼ਨ ਦੌਰਾਨ ਰਾਜਪਾਲ ਦੇ ਭਾਸ਼ਣ 'ਤੇ ਬਹਿਸ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ ਮੈਂ ਲੋਕਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਮੇਰੀ ਸਰਕਾਰ ਉਹਨਾਂ ਸਾਰੇ ਮੁੱਦਿਆਂ ਨੂੰ ਪੂਰਾ ਕਰੇਗੀ ਜੋ ਲੋਕਾਂ ਨੇ ਸਾਡੇ ਸਾਹਮਣੇ ਰੱਖੇ ਨੇ। ਬੇਟੇ ਨੇ ਮੇਰੇ ਸਾਹਮਣੇ ਮਾਰਿਆ, ਸੰਜੇ ਪੋਪਲੀ ਦਾ ਵੱਡਾ ਬਿਆਨ। ਸੋ ਬੇਟੇ ਨੂੰ ਮੇਰੇ ਸਾਹਮਣੇ ਮਾਰਿਆ ਗਿਆ। ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ IAS ਸੰਜੇ ਪੋਪਲੀ ਦੇ ਬੇਟੇ ਕਾਰਤਿਕ ਪੋਪਲੀ ਦੇ ਸਿਰ ਵਿੱਚ ਗੋਲੀ ਲੱਗਣ ਕਾਰਨ ਮੌਤ ਹੋ ਗਈ ਆ। ਮੌਕੇ 'ਤੇ ਸੰਜੇ ਪੋਪਲੀ ਦਾ ਵੱਡਾ ਬਿਆਨ ਹੈ। ਉਹਨਾਂ ਨੇ ਕਿਹਾ, ਮੇਰੇ ਬੇਟੇ ਨੂੰ ਮੇਰੇ ਸਾਹਮਣੇ ਮਾਰਿਆ ਗਿਆ। ਪੁਲਿਸ ਸੰਜੇ ਪੋਪਲੀ ਨੂੰ ਮੋਹਾਲੀ ਦੇ 6 ਦੇ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਉਣ ਲੈ ਕੇ ਆਏ ਸਨ। ਹਾਲਾਂਕਿ ਵਿਜੀਲੈਂਸ ਨੇ ਬਿਆਨ ਦਿੱਤਾ ਕਿ ਸਾਡੇ ਜਾਣ ਤੋਂ ਬਾਅਦ
ਕਾਰਤਿਕ ਪੋਪਲੀ ਨੇ ਖੁਦਕੁਸ਼ੀ ਕੀਤੀ। ਦੱਸਦੀ ਹੈ ਕਿ ਦੁਪਹਿਰੇ ਸੰਜੇ ਪੋਪਲੀ ਦੇ ਪੁੱਤਰ ਕਾਰਤਿਕ ਪੋਪਲੀ ਦੇ ਸਿਰ 'ਚੋਂ ਗੋਲੀ ਲੱਗਣ ਕਾਰਨ ਮੌਤ ਹੋ ਗਈ ਕਾਰਤਿਕ ਦੀ। ਮਾਂ ਦਾ ਦੋਸ਼ ਹੈ ਕਿ ਉਸ ਦੇ ਇਕਲੌਤੇ ਪੁੱਤਰ ਦਾ ਵਿਜੀਲੈਂਸ ਟੀਮ ਨੇ ਕਤਲ ਕੀਤਾ, ਜਦਕਿ ਚੰਡੀਗੜ੍ਹ ਦੇ SSP ਨੇ ਕਾਰਤਿਕ ਨੂੰ ਖੁਦਕੁਸ਼ੀ ਕਰਨ ਦੀ ਗੱਲ ਕਹੀ ਹੈ। ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ। ਪੰਜਾਬ ਦੇ IAS ਸੰਜੇ ਪੋਪਲੀ ਦੇ ਘਰ 'ਚੋਂ ਛਾਪਾ। ਵਿਜੀਲੈਂਸ ਬਿਊਰੋ ਵੱਲੋਂ 12 ਕਿਲੋ ਸੋਨਾ, 3 ਕਿਲੋ ਚਾਂਦੀ, 4 ਆਈਫੋਨ ਬਰਾਮਦ, 2 ਸੈਮਸੰਗ ਸਮਾਰਟ ਵਾਚਾਂ ਬਰਾਮਦ ਕੀਤੀਆਂ ਗਈਆਂ ਹਨ। ਭਗਵੰਤ ਮਾਨ ਸਰਕਾਰ ਨੇ 100 ਦਿਨਾਂ 'ਚੋਂ ਪੰਜਾਬ ਦੇ ਹਰ ਖੇਤਰ ਵਿੱਚ ਕੀਤੇ ਮਹੱਤਵਪੂਰਨ। ਸਰਦਾਰ ਮਾਲਵਿੰਦਰ ਸਿੰਘ ਕੰਗ, ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਭਗਵੰਤ ਮਾਨ ਸਰਕਾਰ ਭ੍ਰਿਸ਼ਟ ਆਗੂਆਂ ਅਤੇ ਅਧਿਕਾਰੀਆਂ 'ਤੇ ਲਗਾਤਾਰ ਕਰ ਰਹੀ ਹੈ ਕਾਰਵਾਈ। ਬੇਹੱਦ ਸ਼ਰਮਨਾਕ ਹੈ ਵਿਰੋਧੀ ਧਿਰ ਕਾਂਗਰਸ ਦਾ ਭ੍ਰਿਸ਼ਟਾਚਾਰੀ ਦੇ ਹੱਕ ਵਿੱਚ ਖੜਨਾ। ਐਂਟੀ ਕਰਪਸ਼ਨ ਹੈਲਪਲਾਈਨ ਨੰਬਰ ਜਾਰੀ ਕਰਨ ਨਾਲ ਪੰਜਾਬ ਭ੍ਰਿਸ਼ਟਾਚਾਰ ਬਿਲਕੁਲ ਖਤਮ ਹੋ ਗਿਆ। ਦੋਸਤੋ ਤੁਹਾਡੇ ਕੀ ਵਿਚਾਰ ਨੇ ਕਮੈਂਟ ਸੈਕਸ਼ਨ ਦੇ ਵਿੱਚ ਰੱਖ ਸਕਦੇ ਹੋ। ਮਾਲਵਿੰਦਰ ਕੰਗ ਨੇ ਪੰਜਾਬ ਸਰਕਾਰ ਵੱਲੋਂ ਜਾਰੀ ਐਂਟੀ ਕਰਪਸ਼ਨ ਹੈਲਪਲਾਈਨ ਨੰਬਰ ਦੀ ਤਾਰੀਫ਼ ਕੀਤੀ। ਉਹਨਾਂ ਨੇ ਕਿਹਾ ਜੀ ਪੰਜਾਬ ਦੇ ਸਰਕਾਰੀ ਵਿਭਾਗਾਂ ਵਿੱਚੋਂ ਭ੍ਰਿਸ਼ਟਾਚਾਰ ਬਿਲਕੁਲ ਹੀ ਖਤਮ ਹੋ ਗਿਆ ਹੈ। ਪੰਜਾਬ ਵਿਧਾਨ ਸਭਾ ਦੇ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੱਤੀ ਗਈ ਸ਼ਰਧਾਂਜਲੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਸਿੱਖਿਆਵਾਂ 'ਤੇ ਚੱਲਣ ਦਾ ਸੱਦਾ ਦਿੱਤਾ, ਜੋ ਕਿ ਇਸ ਮਹਾਨ ਨਾਇਕ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਸੋ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ ਇਸ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ। ਭਗਵੰਤ ਮਾਨ ਨੇ ਕਿਹਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਸਮਾਜ ਦੇ ਦੱਬੇ ਕੁਚਲੇ ਵਰਗਾਂ, ਖਾਸ ਕਰਕੇ ਕਿਸਾਨਾਂ ਦੇ ਸੱਚੇ ਮੁੱਦੇ ਸਨ, ਜਿਨ੍ਹਾਂ ਨੇ ਜ਼ਿਮੀਂਦਾਰੀ ਪ੍ਰਥਾ ਨੂੰ ਖਤਮ ਕਰਦਿਆਂ ਕਿਸਾਨਾਂ ਦੇ ਨੂੰ ਉਹਨਾਂ ਦੀ ਮਾਲਕੀ ਦੇ ਹੱਕ ਦਿੱਤੇ। ਕਾਂਗਰਸੀ ਵਿਧਾਇਕਾਂ ਨੂੰ ਇਜਲਾਸ ਤੋਂ ਕੀਤਾ ਵਾਕਆਊਟ। CM ਮਾਨ ਬੋਲੇ, ਇਹਨਾਂ 'ਚੋਂ ਸੁਣਨ ਦੀ ਸਮਰੱਥਾ ਨਹੀਂ। ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਦੇ ਦੂਜੇ ਦਿਨ ਵੀ ਹੰਗਾਮਾ ਹੋਇਆ। ਜਦੋਂ ਮੁੱਖ ਮੰਤਰੀ ਭਗਵੰਤ ਮਾਨ ਬੋਲਣ ਲਈ ਖੜ੍ਹੇ ਹੋਏ ਤਾਂ ਕਾਂਗਰਸ ਦੇ ਵਿਧਾਇਕਾਂ ਨੇ ਸ਼ੋਰ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਕਿਹਾ ਸਾਨੂੰ ਬੋਲਣ ਦਾ ਪੂਰਾ ਮੌਕਾ ਨਹੀਂ ਦਿੱਤਾ, ਜਿਸ 'ਤੇ ਸਪੀਕਰ ਕੁਲਤਾਰ ਸੰਧਵਾ ਨੇ ਕਿਹਾ ਕਿ ਤੈਅ ਸਮਾਂ ਦਿੱਤਾ ਜਾ ਚੁੱਕਾ। ਇਹ ਸੁਣ ਕੇ ਕਾਂਗਰਸੀ ਵਿਧਾਇਕਾਂ ਨੇ ਵਾਕਆਊਟ ਕਰ ਦਿੱਤਾ। ਬਾਹਰ ਆ ਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਕੁੱਲੂ ਮਨਾਲੀ ਜਾਣਾ ਸੀ, ਇਸ ਲਈ ਸਦਨ ਦੀ ਕਾਰਵਾਈ ਜਲਦੀ ਖਤਮ ਕਰ ਦਿੱਤੀ ਗਈ ਹੈ। ਕਾਂਗਰਸ ਦੇ ਵਾਕਆਊਟ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਤੰਜ ਕੱਸਿਆ, ਕਿਹਾ ਕਿ ਕਾਂਗਰਸ ਵਿੱਚ ਸੁਣਨ ਦੀ ਸਮਰੱਥਾ ਨਹੀਂ, ਜਿਸ ਤੋਂ ਬਾਅਦ ਸਦਨ ਦੀ ਕਾਰਵਾਈ ਸੋਮਵਾਰ ਤੱਕ ਮੁਲਤਵੀ ਕਰ ਦਿੱਤੀ ਗਈ। ਪੰਜਾਬ ਬਜਟ ਭਗਵੰਤ ਮਾਨ ਸਰਕਾਰ ਨੇ ਪੇਸ਼ ਕੀਤਾ ਵਾਈਟ ਪੇਪਰ, ਸਦਨ ਦੀ ਕਾਰਵਾਈ ਸੋਮਵਾਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਮੁੱਖ ਮੰਤਰੀ ਵੱਲੋਂ ਸੂਬੇ ਦੇ ਵਿੱਚ ਅਮਨ ਕਾਨੂੰਨ ਦੀ ਦਿਸ਼ਾ ਵਿੱਚ ਵਿਆਪਕ ਸੁਧਾਰ ਲਿਆਉਣ ਦਾ ਐਲਾਨ। ਪੰਜਾਬ ਵਿੱਚੋਂ ਗੈਂਗਸਟਰਵਾਦ ਨੂੰ ਜੜੋਂ ਖਤਮ ਕਰਨ ਦੇ ਲਈ ਆਪਣੀ ਸਰਕਾਰ ਦੀ ਦ੍ਰਿੜ ਵਚਨਬੱਧਤਾ ਦੁਹਰਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਨ ਲਈ ਵਿਆਪਕ ਸੁਧਾਰ ਲਿਆਉਣ ਦਾ ਐਲਾਨ ਕੀਤਾ। ਵਿਧਾਨ ਸਭਾ 'ਚੋਂ ਰਾਜਪਾਲ ਦੇ ਭਾਸ਼ਣ ਉੱਤੇ ਬਹਿਸ ਨੂੰ ਸਮੇਟਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਗੈਂਗਸਟਰਵਾਦ ਅਤੇ ਗੈਂਗਸਟਰਾਂ ਦੀਆਂ ਗਤੀਵਿਧੀਆਂ ਨੂੰ ਨੱਥ ਪਾਉਣ ਦੇ ਲਈ ਸੂਬਾ ਸਰਕਾਰ ਦਾ ਫਰਜ਼ ਬਣਦਾ। ਇਸ ਦਿਸ਼ਾ ਵਿੱਚ ਅਮਨ ਕਾਨੂੰਨ ਦੇ ਨਾਲ ਸੰਬੰਧਿਤ ਵਿਆਪਕ ਪੱਧਰ ਉੱਤੇ ਸੁਧਾਰ ਲਿਆਉਣਾ ਸਮੇਂ ਦੀ ਮੁੱਖ ਲੋੜ ਹੈ। ਆਪਣੀ ਸਰਕਾਰ ਦੀਆਂ ਵੱਖ ਵੱਖ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਉਹਨਾਂ ਨੇ ਭਵਿੱਖ ਦੇ ਵਿੱਚ ਕੀਤੇ ਜਾਣ ਵਾਲੇ ਕੰਮਾਂ ਦਾ ਵੀ ਖਾਕਾ ਪੇਸ਼ ਕੀਤਾ। ਵਿੱਤ ਮੰਤਰੀ ਦੀ ਮਿੱਲ ਮਾਲਕਾਂ ਨੂੰ ਚੇਤਾਵਨੀ, ਕਿਸਾਨਾਂ ਦਾ ਬਕਾਇਆ ਨਾ ਦੇਣ 'ਤੇ ਜ਼ਬਤ ਹੋਵੇਗੀ ਪ੍ਰਾਪਰਟੀ। ਵਿੱਤ ਮੰਤਰੀ ਹਰਪਾਲ ਚੀਮਾ ਨੇ ਵਿਧਾਨ ਸਭਾ ਬਜਟ ਦੇ ਦੂਜੇ ਦਿਨ ਵੱਡਾ ਐਲਾਨ ਕੀਤਾ। ਉਹਨਾਂ ਨੇ ਕਿਹਾ ਜੀ ਕਿਸਾਨਾਂ ਦੇ ਬਕਾਏ ਦੀ ਅਦਾਇਗੀ ਨਾ ਕਰਨ ਵਾਲੀਆਂ ਨਿੱਜੀ ਖੰਡ ਮਿੱਲਾਂ ਦੀ ਜਾਇਦਾਦ ਜ਼ਬਤ ਕੀਤੀ ਜਾਵੇਗੀ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਦੇ ਸਵਾਲ ਦੇ ਜਵਾਬ 'ਚ ਹਰਪਾਲ ਚੀਮਾ ਨੇ ਕਿਹਾ ਸੂਬਾ ਸਰਕਾਰ ਕਿਸਾਨਾਂ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਚੌਕਸ ਅਤੇ ਚਿੰਤਤ ਹੈ। ਜੇਕਰ ਨਿੱਜੀ ਖੰਡ ਮਿੱਲਾਂ ਨੇ ਕਿਸਾਨਾਂ ਦੀ ਬਕਾਏ ਦੀ ਅਦਾਇਗੀ ਨਾ ਕੀਤੀ ਤਾਂ ਮਿੱਲਾਂ ਦੀ ਜਾਇਦਾਦ ਜ਼ਬਤ ਕਰ ਦਿੱਤੀ ਜਾਵੇਗੀ। ਕਿਸਾਨਾਂ ਦਾ 313 ਕਰੋੜ ਰੁਪਏ ਦਾ ਬਕਾਇਆ ਮਿੱਲਾਂ ਦੇ ਵੱਲ ਖੜ੍ਹਾ ਹੋਇਆ ਹੈ। ਸੁਖਵਿੰਦਰ ਸਰਕਾਰੀਆ ਅਤੇ ਹਰਜੋਤ ਬੈਂਸ ਦੇ ਵਿੱਚ ਬਹਿਸਬਾਜ਼ੀ ਹੋਈ ਹੈ। ਇਸ ਦੌਰਾਨ ਸਦਨ 'ਚੋਂ ਮਹਿੰਗੀ ਰੇਤਾਂ ਨੂੰ ਲੈ ਕੇ ਸਾਬਕਾ ਮਾਈਨਿੰਗ ਮੰਤਰੀ ਸੁਖਵਿੰਦਰ ਸਰਕਾਰੀਆ ਅਤੇ ਮੌਜੂਦਾ ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਵਿਚਾਲੇ ਹੰਗਾਮਾ ਹੋਇਆ। ਉਹਨਾਂ ਨੇ ਕਿਹਾ ਕਿ ਕੇਜਰੀਵਾਲ ਨੇ ਕਿਹਾ ਸੀ ਕਿ ਰੇਤ ਦੀ ਨਿਲਾਮੀ ਨਾਲ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚ 20,000 ਕਰੋੜ ਰੁਪਏ ਆਉਣਗੇ। ਜੇਕਰ ਨਹੀਂ ਆਇਆ ਤਾਂ ਕੀ ਮੰਤਰੀ 'ਤੇ ਕਾਰਵਾਈ ਹੋਵੇਗੀ, ਜਿਹੜੇ ਇੱਥੇ ਦਾਅਵੇ ਕਰ ਰਹੇ ਹਨ। 1 ਜੁਲਾਈ ਤੋਂ ਪਲਾਸਟਿਕ ਦੀਆਂ ਇਹਨਾਂ ਚੀਜ਼ਾਂ ਦੀ ਵਰਤੋਂ 'ਤੇ ਪਾਬੰਦੀ। ਦੇਸ਼ ਵਿੱਚ 1 ਜੁਲਾਈ 2022 ਤੋਂ ਸਿੰਗਲ ਯੂਜ਼ ਪਲਾਸਟਿਕ 'ਤੇ ਪੂਰੀ ਤਰ੍ਹਾਂ ਪਾਬੰਦੀ ਲੱਗਣ ਜਾ ਰਹੀ। ਇਸ ਤੋਂ ਬਾਅਦ ਜੇਕਰ ਕੋਈ ਵੀ ਦੁਕਾਨਦਾਰ
ਇਸ ਦੀ ਵਰਤੋਂ ਕਰਦਾ ਫੜਿਆ ਗਿਆ ਤਾਂ ਉਸਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਸਰਕਾਰ ਨੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਯਾਨੀ ਕਿ CPCB ਦੇ ਨਾਲ ਮਿਲ ਕੇ ਸਖਤ ਕਾਨੂੰਨ ਬਣਾਏ ਨੇ ਅਤੇ ਇਸ ਲਈ ਪੜਾਵਾਰ ਢੰਗ ਨਾਲ ਕਈ ਉਪਾਅ ਅਪਣਾਏ ਨੇ, ਜਿਸ ਵਿੱਚ ਕੱਚੇ ਮਾਲ ਦੀ ਸਪਲਾਈ ਨੂੰ ਘਟਾਉਣ ਤੋਂ ਲੈ ਕੇ ਸਪਲਾਈ ਨੂੰ ਘਟਾਉਣ ਲਈ ਵਿਕਲਪ ਦੇਣ ਨੂੰ ਸ਼ਾਮਲ ਕੀਤਾ ਗਿਆ ਹੈ। ਸਿੰਗਲ ਯੂਜ਼ ਪਲਾਸਟਿਕ ਦੇ ਵਿੱਚ ਡਿਸਪੋਜੇਬਲ ਪਲਾਸਟਿਕ ਜਿਸ ਦੇ ਵਿੱਚ ਇੱਕ ਵਾਰ ਵਰਤੋਂ ਤੋਂ ਬਾਅਦ ਰੱਦ ਕਰ ਦਿੱਤਾ ਜਾਂਦਾ, ਇਸ ਕਿਸਮ ਦੇ ਪਲਾਸਟਿਕ ਦਾ ਅਕਸਰ ਹੀ ਸਹੀ ਢੰਗ ਨਾਲ ਨਿਪਟਾਰਾ ਨਹੀਂ ਕੀਤਾ ਜਾਂਦਾ ਅਤੇ ਨਾ ਹੀ ਇਸ ਨੂੰ ਰੀਸਾਈਕਲ ਕੀਤਾ ਜਾਂਦਾ, ਜਿਸ ਨੂੰ ਬਾਅਦ ਵਿੱਚ ਸਾੜ ਦਿੱਤਾ ਜਾਂਦਾ, ਜਿਸ ਨਾਲ ਬਹੁਤ ਪ੍ਰਦੂਸ਼ਣ ਫੈਲਦਾ ਹੈ। 100 ਮਾਈਕਰੋਨ ਤੋਂ ਘੱਟ ਮਾਪਣ ਵਾਲੀ BBC ਬੈਨਰ ਆ ਸਜਾਵਟ ਲਈ ਪੋਲੀ ਸਟਰਾਈਨ ਆ ਸੱਦਾ ਪੱਤਰ ਕੈਂਡੀ ਅਤੇ ਆਈਸਕ੍ਰੀਮ ਸਟਿੱਕਰ ਮਠਿਆਈ ਦੇ ਡੱਬੇ। ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ, ਮਾਮਲਾ ਗੈਂਗਸਟਰ ਸੁੱਖਾ ਦੁਨੇਗੇ ਦਾ ਪਾਸਪੋਰਟ ਬਣਾਉਣ ਵੇਲੇ ਜਾਂਚ ਨਾ ਕਰਨ ਦਾ, 2 ਪੁਲਿਸ ਮੁਲਾਜ਼ਮਾਂ 'ਤੇ ਮਾਮਲਾ ਦਰਜ। ਮੋਗਾ ਪੁਲਿਸ ਵੱਲੋਂ ਦੁਨੇਗੇ ਨਿਵਾਸੀ ਗੈਂਗਸਟਰ ਸਬਦੂਲ ਉਰਫ ਸੁੱਖਾ ਦੁਨੇਗੇ ਦਾ ਪਾਸਪੋਰਟ ਬਣਾਉਣ ਦੇ ਮਾਮਲੇ 'ਚ 2 ਪੁਲਿਸ ਮੁਲਾਜ਼ਮਾਂ ਦੇ ਵਿਰੁੱਧ ਮਾਮਲਾ ਦਰਜ ਕੀਤਾ। ਜਾਣਕਾਰੀ ਅਨੁਸਾਰ ਐਡੀਸ਼ਨਲ ਡਾਇਰੈਕਟਰ ਆਫ ਪੁਲਿਸ ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਜ਼ਿਲ੍ਹਾ ਮੁਖੀ ਮੋਗਾ ਨੂੰ 11 ਜੂਨ 2022 ਨੂੰ ਸ਼ਿਕਾਇਤ ਪੱਤਰ ਭੇਜਿਆ ਗਿਆ, ਜਿਸ ਦੇ ਵਿੱਚ ਸਰਦੂਲ ਸਿੰਘ ਉਰਫ ਸੁੱਖਾ ਦੁਨੇਗੇ ਦੁਬਾਰਾ ਪਾਸਪੋਰਟ ਬਣਾਉਣ ਦੇ ਮਾਮਲੇ 'ਤੇ ਜਾਂਚ ਕਰਨ ਲਈ ਕਿਹਾ ਗਿਆ। ਜਿਸ ਤੋਂ ਬਾਅਦ ਪੁਲਿਸ ਵੱਲੋਂ ਜਾਂਚ ਕੀਤੇ ਜਾਣ 'ਤੇ ਪਤਾ ਲੱਗਾ ਕਿ ਨਵੰਬਰ 2017 'ਚ ਆਪਣਾ ਪਾਸਪੋਰਟ ਦੁਬਾਰਾ ਬਣਾਉਣ ਲਈ ਫਾਈਲ ਤਿਆਰ ਕਰਵਾਈ ਸੀ, ਜਿਸ ਨੂੰ ਜਾਂਚ ਲਈ ਸਾਂਝ ਕੇਂਦਰ ਦੇ ਵਿੱਚ ਭੇਜਿਆ ਗਿਆ ਸੀ। ਬਜਟ ਸੈਸ਼ਨ 2022 ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਆਪ ਵਿਧਾਇਕ ਦੇ ਦੋਸ਼ਾਂ 'ਤੇ ਵਿਧਾਨ ਸਭਾ 'ਚ ਹੋਇਆ ਹੰਗਾਮਾ। ਪੰਜਾਬ ਵਿਧਾਨ ਸਭਾ 'ਤੇ ਬਜਟ ਸੈਸ਼ਨ ਦੇ ਦੂਜੇ ਦਿਨ ਵੀ ਨਾਜਾਇਜ਼ ਮਾਈਨਿੰਗ ਦੇ ਮੁੱਦੇ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ। ਆਪ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਮੰਨਿਆ ਕਿ ਰੇਤ ਦੇ ਖੱਡੇ ਚੁੱਕਣ ਵਾਲਿਆਂ ਦੀ ਸੂਚੀ ਉਹਨਾਂ ਕੋਲ ਹੈ। ਇਸ 'ਤੇ ਕਾਂਗਰਸ ਪਾਰਟੀ ਦੇ ਮੈਂਬਰਾਂ ਨੇ ਇਤਰਾਜ਼ ਜ਼ਾਹਰ ਕੀਤਾ ਅਤੇ ਹੰਗਾਮਾ ਸ਼ੁਰੂ ਕਰ ਦਿੱਤਾ। ਮਾਈਨਿੰਗ ਮੰਤਰੀ ਹਰਜੋਤ ਬੈਂਸ ਨੇ ਇਸ ਬਾਰੇ ਜਾਣਕਾਰੀ ਵੀ ਦਿੱਤੀ ਹੈ। ਹੁਣ ਲੁਧਿਆਣਾ 'ਚੋਂ ਪਿਤਾ ਦੀ ਲਾਸ਼ ਲੈਣ ਜਾ ਰਹੇ ਦਿੱਲੀ ਵਾਸੀ ਫੌਜੀ ਨਾਲ ਲੁੱਟ, ਪਠਾਨਕੋਟ 'ਚੋਂ ਹੈ ਤਨਾਇਤ। ਸ਼ਹਿਰ ਦੇ ਜਲੰਧਰ ਬਾਈਪਾਸ 'ਤੇ ਲੁਟੇਰਿਆਂ ਨੇ ਇੱਕ ਹੋਰ ਸਿਪਾਹੀ ਨੂੰ ਲੁੱਟ ਦਾ ਸ਼ਿਕਾਰ ਬਣਾਇਆ। ਆਪਣੇ ਪਿਤਾ ਦੀ ਲਾਸ਼ ਲੈਣ ਲਈ ਦਿੱਲੀ ਜਾ ਰਿਹਾ ਸੀ। ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਮੁਲਜ਼ਮ ਦੀ ਗ੍ਰਿਫਤਾਰੀ ਲਈ ਯਤਨ ਸ਼ੁਰੂ ਕਰ ਦਿੱਤੇ ਹਨ। ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਹਥਿਆਰਾਂ ਦੀ ਸਪਲਾਈ ਦੇ ਦੋਸ਼ 'ਚ ਫੜੇ ਜਸਕਰਨ ਦੇ ਮਾਪਿਆਂ ਨੇ ਪੁੱਤ ਨੂੰ ਦੱਸਿਆ ਬੇਕਸੂਰ। ਬੀਤੇ ਦਿਨੀ ਸ਼ਮਸ਼ਪੁਰ ਦੇ ਰਹਿਣ ਵਾਲੇ 21 ਸਾਲਾ ਨੌਜਵਾਨ ਅਤੇ ਕਬੱਡੀ ਖਿਡਾਰੀ ਜਸਕਰਨ ਉਰਫ ਕਰਨ ਨੂੰ ਲੁਧਿਆਣਾ ਪੁਲਿਸ ਵੱਲੋਂ ਹਥਿਆਰ ਸਪਲਾਈ ਕਰਨ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਹੈ। ਉਸ 'ਤੇ ਦੋਸ਼ ਹੈ ਕਿ ਗੋਲਡੀ ਬਰਾੜ ਨੂੰ ਹਥਿਆਰ ਭੇਜੇ ਸਨ ਜੋ ਕਿ ਬਲਦੇਵ ਚੌਧਰੀ ਉਰਫ ਬੱਲੂ ਨੇ ਸਪਲਾਈ ਕੀਤੇ ਸਨ। ਉਸ ਦੇ ਮਾਤਾ ਪਿਤਾ ਨੇ ਕਿਹਾ ਕਿ ਸਾਡਾ ਬੱਚਾ ਬੇਕਸੂਰ ਹੈ, ਪੁਲਿਸ ਸਾਡੇ ਬੱਚੇ ਨੂੰ ਝੂਠੇ ਕੇਸ ਦੇ ਵਿੱਚ ਫਸਾ ਰਹੀ ਹੈ, ਜੇਕਰ ਫੜਨਾ ਤਾਂ ਪੁਲਿਸ ਗੋਲਡੀ ਬਰਾੜ ਨੂੰ ਫੜੇ। PU ਦੇ ਚੰਡੀਗੜ੍ਹ ਕਾਲਜਾਂ ਦੇ 3000 ਪ੍ਰੋਫੈਸਰਾਂ ਲਈ ਖੁਸ਼ਖਬਰੀ। 7ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ CM ਭਗਵੰਤ ਮਾਨ ਦੇ ਵੱਲੋਂ ਵੱਡਾ ਐਲਾਨ ਹੈ। ਉਹਨਾਂ ਨੇ ਕਿਹਾ ਜੀ ਇਹਨਾਂ ਅਧਿਆਪਕਾਂ ਨੂੰ 7ਵਾਂ ਤਨਖਾਹ ਸਕੇਲ ਜਾਰੀ ਕਰ ਦਿੱਤਾ ਜਾਵੇਗਾ। ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਤਨਖਾਹ ਸਕੇਲ ਨੂੰ ਲਾਗੂ ਕਰਨ ਦਾ ਐਲਾਨ ਕੀਤਾ। 15,000 ਪ੍ਰੋਫੈਸਰਾਂ ਨੂੰ ਲਾਭ ਮਿਲੇਗਾ। ਸਰਕਾਰ ਨੇ 300 ਤੋਂ 400 ਕਰੋੜ ਦੇ ਬਜਟ ਦਾ ਪ੍ਰਬੰਧ ਕਰਨਾ ਪਵੇਗਾ। ਆਪ ਨੇ ਠੇਕੇ 'ਤੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਅਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਲਿਆਂਦੇ ਮਤੇ ਦਾ ਕੀਤਾ ਵਿਰੋਧ ਅਕਾਲੀ ਦਲ। ਆਪ ਸਰਕਾਰ ਦੇ ਵਿਧਾਇਕਾਂ ਨੇ ਠੇਕੇ 'ਤੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਲਈ ਲਿਆਂਦੇ ਮਤੇ ਦਾ ਵਿਰੋਧ ਕੀਤਾ। ਅਕਾਲੀ ਦਲ ਆਮ ਆਦਮੀ ਪਾਰਟੀ ਦਾ ਸਲਚੇਰਾ ਨੰਗਾ ਹੋ ਗਿਆ। ਮਨਪ੍ਰੀਤ ਐਲੀ ਨੇ ਵੀ ਵੱਡਾ ਬਿਆਨ ਦਿੱਤਾ ਹੈ। ਅਕਾਲੀ ਦਲ ਦੇ ਵੱਲੋਂ ਲਿਆਂਦੇ ਗਏ ਉਸ ਮਤੇ ਦਾ ਜ਼ੋਰਦਾਰ ਵਿਰੋਧ ਕੀਤਾ, ਜਿਸ ਰਾਹੀਂ ਠੇਕੇ 'ਤੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਅਤੇ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਮੰਗ ਕੀਤੀ। ਜਾਰੀ ਬਿਆਨ ਦੇ ਵਿੱਚ ਅਕਾਲੀ ਦਲ ਦੇ ਆਗੂ ਮਨਪ੍ਰੀਤ ਐਲੀ ਨੇ ਦੱਸਿਆ ਕਿ ਅਕਾਲੀ ਦਲ ਦੇ ਵਿਧਾਇਕਾਂ ਨੇ ਸਰਕਾਰੀ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਇੱਕ ਮਤਾ ਪੇਸ਼ ਕੀਤਾ ਸੀ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਠੇਕੇ 'ਤੇ ਕੰਮ ਕਰਦਿਆਂ ਨੂੰ ਪੱਕਾ ਕੀਤਾ ਜਾਵੇ, ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ। ਉਹਨਾਂ ਨੇ ਕਿਹਾ ਜੀ ਇਸ ਤੋਂ ਇਲਾਵਾ ਹੋਰ ਵੀ ਮੰਗਾਂ ਕੀਤੀਆਂ ਸਨ, ਪਰ ਆਮ ਆਦਮੀ ਪਾਰਟੀ ਨੇ ਇਸ ਦਾ ਜ਼ਬਰਦਸਤ ਵਿਰੋਧ ਕੀਤਾ। ਉਹਨਾਂ ਨੇ ਕਿਹਾ ਜੀ ਇਸ ਮਤੇ ਦੇ ਵਿਰੋਧ ਵਿੱਚ ਵੋਟਾਂ ਪਾ ਕੇ ਸਾਬਤ ਕਰ ਦਿੱਤਾ ਹੈ ਕਿ ਆਪ ਸਰਕਾਰ ਦਾ ਸਰਕਾਰੀ ਅਤੇ ਠੇਕੇ 'ਤੇ ਕੰਮ ਕਰਦੇ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਲਾਗੂ ਕਰਨ ਦਾ ਕੋਈ ਇਰਾਦਾ ਨਹੀਂ। ਮੰਤਰੀ ਧਾਲੀਵਾਲ ਦਾ ਬਿਆਨ, 2 ਤੋਂ 1 ਸ਼ਮਸ਼ਾਨ ਘਾਟ ਕਰਨ ਵਾਲੇ ਪਿੰਡਾਂ ਨੂੰ ਮਿਲੇਗੀ 5 ਲੱਖ ਰੁਪਏ ਦੀ ਗ੍ਰਾਂਟ।
ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਇਸ ਹੋਟਲ ਦੇ ਵਿੱਚ ਠਹਿਰੇ ਸਨ ਸ਼ੂਟਰ। ਫਰਜ਼ੀ ਆਧਾਰ ਕਾਰਡ ਦੀ ਕੀਤੀ ਸੀ ਵਰਤੋਂ, ਸੋ ਵੱਡੀ ਖਬਰ ਆ ਜੀ। ਦੋ ਸ਼ੂਟਰਾਂ ਦੇ ਸਮੇਤ ਚਾਰ ਵਿਅਕਤੀ ਮਾਨਸਾ ਤੋਂ ਫਤਿਹਾਬਾਦ ਜਾਣ ਵਾਲੇ ਰਸਤੇ 'ਤੇ ਨੈਸ਼ਨਲ ਹਾਈਵੇ 'ਤੇ 9 'ਤੇ ਸਥਿਤ ਇੱਕ ਹੋਟਲ 'ਚ ਕੁਝ ਘੰਟੇ ਰੁਕੇ। ਨੈਸ਼ਨਲ ਹਾਈਵੇ 9 'ਤੇ ਸਥਿਤ ਹੋਟਲ ਸਵਾਰੀਆਂ 'ਚ ਕੁਝ ਘੰਟੇ ਰੁਕਣ ਦੀ ਸੂਚਨਾ ਤੋਂ ਬਾਅਦ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੀ ਟੀਮ ਨੇ ਉਸ ਹੋਟਲ ਦੇ ਮਾਲਕ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ, ਜਿਸ ਤੋਂ ਬਾਅਦ ਛੱਡ ਦਿੱਤਾ ਗਿਆ। ਇਹ ਚਾਰੇ ਲੜਕੇ ਹੋਟਲ ਦੇ ਕਮਰਾ ਨੰਬਰ 207 ਵਿੱਚ ਠਹਿਰੇ ਸਨ, ਜੋ ਕਿ ਦੂਜੀ ਮੰਜ਼ਿਲ 'ਤੇ ਆ, ਅਤੇ ਉਹਨਾਂ ਨੇ ਹੋਟਲ ਦੇ ਰਜਿਸਟਰ 'ਚ ਝੱਜਰ ਦੇ ਪਤੇ 'ਤੇ ਰਹਿਣ ਵਾਲੇ ਸੁਮਿਤ ਨਾਂ ਦੇ ਵਿਅਕਤੀ ਦਾ ਆਧਾਰ ਕਾਰਡ ਵਰਤਿਆ, ਜੋ ਕਿ ਫਰਜ਼ੀ ਸੀ। ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਮਿਲੀ ਕਿ ਉਹ ਲਗਭਗ ਪੂਰੀ ਰਾਤ ਇੱਥੇ ਰਹੇ, ਸ਼ਰਾਬ ਪੀਤੀ, ਖਾਣਾ ਖਾਧਾ। ਇਹਨਾਂ ਸ਼ੂਟਰਾਂ ਨੇ ਉਪਰਾਲਾ ਕਮਰਾ ਇਸ ਲਈ ਲਿਆ, ਜੇਕਰ ਪੁਲਿਸ ਹੋਟਲ ਦੇ ਵਿੱਚ ਛਾਪਾ ਮਾਰਦੀ ਤਾਂ ਪਿਛਲੇ ਦਰਵਾਜ਼ੇ ਰਾਹੀਂ ਭੱਜ ਜਾਣਗੇ। ਉਹਨਾਂ ਨੇ ਹੋਟਲ ਦੇ ਰਜਿਸਟਰ ਵਿੱਚ ਆਪਣੇ ਠਹਿਰਨ ਦਾ ਸਮਾਂ ਘੱਟ ਲਿਖਿਆ ਅਤੇ ਰਜਿਸਟਰ 'ਚੋਂ ਕਰੀਬ 2.5 ਘੰਟੇ ਦਾ ਸਮਾਂ ਦਰਸਾ ਕੇ ਫਰਾਰ ਹੋ ਗਏ। ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ। ਪਟਿਆਲਾ ਤੋਂ ਜਿੱਥੇ ਪਰਿਵਾਰ ਗਿਆ ਸੀ ਘੁੰਮਣ, ਪਿੱਛੋਂ ਨੌਕਰ ਗਹਿਣੇ ਕੈਸ਼ ਅਤੇ ਇਨੋਵਾ ਗੱਡੀ ਲੈ ਕੇ ਹੋ ਗਏ ਤਿੱਤਰ। ਸੋ ਜਿਹੜੀ ਕਿ 30 ਲੱਖ ਰੁਪਏ ਦੇ ਕੈਸ਼ ਅਤੇ 10 ਤੋਲੇ ਸੋਨਾ ਅਤੇ ਇੱਕ ਇਨੋਵਾ ਗੱਡੀ ਲੈ ਕੇ ਫਰਾਰ ਹੋ ਗਏ ਨੇ। ਮਨਕੀਰਤ ਔਲਖ ਨੂੰ ਕਲੀਨ ਚਿੱਟ ਮਿਲਣ ਮਗਰੋਂ ਪਹਿਲਾ ਬਿਆਨ, ਹੁਣ ਮੈਨੂੰ ਮੀਡੀਆ ਵਾਲੇ ਚੰਗਾ ਕਹਿਣ ਲੱਗ ਪਏ। ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ। ਜਲੰਧਰ ਤੋਂ ਜਿੱਥੇ ਸਪੋਰਟਸ ਕਾਲਜ ਦੇ ਬਾਹਰ ਦੋ ਭਰਾਵਾਂ ਨਾਲ ਵਾਪਰਿਆ ਭਿਆਨਕ ਹਾਦਸਾ, ਇੱਕ ਦੀ ਹੋਈ ਮੌਤ। ਹਾਦਸੇ 'ਚੋਂ ਐਕਟਿਵਾ 'ਤੇ ਸਵਾਰ ਦੋ ਭਰਾਵਾਂ 'ਚੋਂ ਇੱਕ ਦੀ ਮੌਤ ਹੋ ਗਈ ਆ। ਮੌਕੇ 'ਤੇ ਮੌਜੂਦ ਰਣਜੀਤ ਨੇ ਦੱਸਿਆ ਕਿ ਆਪਣੀ ਮੋਟਰਸਾਈਕਲ 'ਤੇ ਬਸਤੀ ਪਿਆਵਾ ਖੇਲ ਵੱਲ ਜਾ ਰਿਹਾ ਸੀ ਕਿ ਦੋ ਨੌਜਵਾਨ ਐਕਟਿਵਾ ਤੋਂ ਡਿੱਗੇ ਪਏ ਸਨ। ਇੱਕ ਦੇ ਸਿਰ ਰੋਡ 'ਤੇ ਬਣੇ ਡਿਵਾਈਡਰ ਨਾਲ ਗ੍ਰਿਲ ਵਿੱਚ ਜਾ ਟਕਰਾਇਆ, ਜਿਸ ਕਰਕੇ ਉਸਦੀ ਮੌਕੇ 'ਤੇ ਮੌਤ ਹੋ ਗਈ। ਆਮ ਆਦਮੀ ਪਾਰਟੀ ਨੇ IAS ਅਧਿਕਾਰੀ ਸੰਜੇ ਪੋਪਲੀ ਦੇ ਬੇਟੇ ਦੀ ਮੌਤ 'ਤੇ ਪ੍ਰਗਟਾਇਆ ਦੁੱਖ। ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੇ ਪੰਜਾਬੀ ਅਦਾਕਾਰ ਰਣਜੀਤ ਬਾਵਾ ਦੀ ਕਾਰ ਨੂੰ ਲੈ ਕੇ ਛਿੜਿਆ ਵਿਵਾਦ, ਪੁਲਿਸ ਦੇ ਨਾਲ ਵਿਵਾਦ ਖੜ੍ਹਾ ਹੋ ਗਿਆ। ਇਸ ਦੌਰਾਨ ਟ੍ਰੈਫਿਕ ਪੁਲਿਸ ਅਧਿਕਾਰੀਆਂ ਨੇ ਪੰਜਾਬੀ ਅਦਾਕਾਰ ਰਣਜੀਤ ਬਾਵਾ ਦੇ ਬਾਊਂਸਰ ਅਤੇ ਡਰਾਈਵਰ ਦੇ ਵਿੱਚ ਕਾਫੀ ਤੂੰ ਤੂੰ ਮੈਂ ਵੀ ਹੋਈ, ਜਿਸ ਤੋਂ ਬਾਅਦ ਟ੍ਰੈਫਿਕ ਪੁਲਿਸ ਅਧਿਕਾਰੀ ਅਤੇ ਪੰਜਾਬੀ ਅਦਾਕਾਰ ਰਣਜੀਤ ਬਾਵਾ ਦੇ ਬਾਊਂਸਰ ਅਤੇ ਡਰਾਈਵਰ 'ਚੋਂ ਤੂੰ ਤੂੰ ਮੈਂ ਸੁਣਨ ਨੂੰ ਮਿਲੀ। ਇਸ ਦੌਰਾਨ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਟ੍ਰੈਫਿਕ ਦਾ ਵੀ ਜਾਮ ਲੱਗ ਗਿਆ। ਇਸ ਛਿੜੇ ਵਿਵਾਦ ਤੋਂ ਬਾਅਦ ਅਦਾਕਾਰ ਰਣਜੀਤ ਬਾਵਾ ਦੇ ਮੈਨੇਜਰ ਨੇ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਮਾਮਲੇ ਨੂੰ ਸ਼ਾਂਤ ਕੀਤਾ। ਜ਼ਿਕਰਯੋਗ ਹੈ ਕਿ ਰਣਜੀਤ ਬਾਵਾ ਅਤੇ ਤਰਸੇਮ ਜੱਸੜ ਆਪਣੀ ਪੰਜਾਬੀ ਫਿਲਮ ਦੀ ਪ੍ਰਮੋਸ਼ਨ ਤੋਂ ਪਹਿਲਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ ਪਹੁੰਚੇ ਸਨ। ਕੈਪਟਨ ਅਮਰਿੰਦਰ ਸਿੰਘ 'ਚ ਲੰਡਨ ਦੇ ਹਸਪਤਾਲ 'ਚੋਂ ਭਰਤੀ, ਰੀੜ ਦੀ ਹੱਡੀ ਦੀ ਹੋਈ ਸਰਜਰੀ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੰਡਨ ਦੇ ਇੱਕ ਹਸਪਤਾਲ 'ਚੋਂ ਭਰਤੀ ਨੇ। ਅੱਜ ਉਹਨਾਂ ਦੀ ਰੀੜ ਦੀ ਹੱਡੀ ਦਾ ਸਫਲ ਆਪਰੇਸ਼ਨ ਹੋਇਆ, ਜਿਸ ਨੂੰ ਇੱਕ ਨਿੱਜੀ ਕਮਰੇ ਦੇ ਵਿੱਚ ਭੇਜ ਦਿੱਤਾ, ਜਿੱਥੇ ਸੋਮਵਾਰ ਨੂੰ ਛੁੱਟੀ ਦੇ ਦਿੱਤੀ ਜਾਵੇਗੀ। ਪੰਜਾਬ ਵੈਦਰ ਟੂਡੇ ਮੌਸਮ ਵਿਭਾਗ ਦੀ ਭਵਿੱਖਬਾਣੀ, ਪੰਜਾਬ 'ਚ ਹੋਰ ਵਧੇਗੀ ਗਰਮੀ, ਇਸ ਦਿਨ ਪੈ ਸਕਦਾ ਹੈ ਭਾਰੀ ਮੀਂਹ। ਐਤਵਾਰ ਨੂੰ ਮੌਸਮ ਦਾ ਪੈਟਰਨ ਅਜਿਹਾ ਹੀ ਰਹੇਗਾ, ਸੋਮਵਾਰ ਤੋਂ ਮੌਸਮ ਬਦਲ ਜਾਵੇਗਾ। ਆਸਮਾਨ 'ਚ ਅੰਸ਼ਕ ਤੌਰ 'ਤੇ ਬੱਦਲ ਛਾਏ ਰਹਿਣਗੇ, ਜਿਸ ਤੋਂ ਬਾਅਦ ਮੌਸਮ 'ਚ ਗਿਰਾਵਟ ਹੋ ਸਕਦੀ ਹੈ। ਵੈਕਸੀਨ ਲਗਵਾਉਣ ਵਾਲਿਆਂ ਦੇ ਵਿੱਚ ਲਗਾਤਾਰ ਹੋ ਰਿਹਾ ਵਾਧਾ, ਅਤੇ ਹੁਣ 5 ਦਿਨਾਂ 'ਚੋਂ ਮਿਲੇਗਾ UK ਦਾ ਵੀਜ਼ਾ। ਇੰਟਰਵਿਊ ਅਤੇ ਆਈਲੈਟਸ ਤੋਂ ਬਗੈਰ ਲਓ ਮਨਪਸੰਦ ਯੂਨੀਵਰਸਿਟੀ ਦੇ ਵਿੱਚ ਦਾਖਲਾ, ਸੋ ਜ਼ਿਆਦਾ ਜਾਣਕਾਰੀ ਲਈ ਤੁਸੀਂ ਅੰਬੈਸੀ ਦੇ ਨਾਲ ਸੰਪਰਕ ਕਰ ਸਕਦੇ ਹੋ। ਸੰਗਰੂਰ ਵਿੱਚ ਘੱਟ ਵੋਟਿੰਗ ਨੇ ਵਿਗਾੜਿਆ ਸਾਰੀਆਂ ਪਾਰਟੀਆਂ ਦਾ ਗਣਿਤ। ਪੰਜਾਬ ਦੇ ਸੰਗਰੂਰ ਲੋਕ ਸਭਾ ਖੇਤਰ ਦੇ ਵਿੱਚ ਜ਼ਿਮਨੀ ਚੋਣਾਂ ਦੇ ਦੌਰਾਨ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਖੂਬ ਪ੍ਰਚਾਰ ਕੀਤਾ, ਕਿਸੇ ਨੇ ਵੀ ਵੋਟਰਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਨਹੀਂ ਕੀਤਾ। ਲਿਹਾਜ਼ਾ ਮੈਚ 45.30% ਵੋਟਿੰਗ ਹੋਈ, ਹੁਣ ਤੱਕ ਦੀ ਸਭ ਤੋਂ ਘੱਟ ਰਿਕਾਰਡਡ ਵੋਟਿੰਗ ਹੈ। ਮੂਸੇਵਾਲਾ ਦੇ SYL ਗੀਤ ਦਾ ਹਰਿਆਣਾ 'ਚ ਹੋਣ ਲੱਗਾ ਵਿਰੋਧ, ਪੰਜਾਬੀ ਗੀਤ ਜਵਾਬੀ ਗੀਤ ਬਣਾਉਣ ਦਾ ਐਲਾਨ। ਸਤਲੁਜ ਯਮੁਨਾ ਲਿੰਕ ਨਹਿਰ ਦਾ ਪਾਣੀ ਹਰਿਆਣਾ ਨੂੰ ਨਾਂ ਦੇਣ ਵਾਲੇ ਸ਼ਬਦਾਂ ਦੇ ਵਿਰੋਧ ਕਰਦਿਆਂ ਹਰਿਆਣਵੀ ਕਲਾਕਾਰ ਗਜੇਂਦਰ ਫੋਗਾਟ ਨੇ ਇਸ ਦਾ ਵਿਰੋਧ ਕੀਤਾ ਅਤੇ ਨਵਾਂ ਗੀਤ ਬਣਾਉਣ ਦਾ ਐਲਾਨ ਕੀਤਾ ਹੈ। ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ। ਕੁੱਤੇ ਨੇ ਬਰਥਡੇ 'ਤੇ ਕੱਟਿਆ 100 ਕਿਲੋ ਦਾ ਕੇਕ। ਸ਼ਾਨਦਾਰ ਪਾਰਟੀ ਦੇ 5,000 ਤੋਂ ਵੱਧ ਮਹਿਮਾਨ ਹੋਏ ਸ਼ਾਮਲ, ਸੋ ਇਹ ਵੀ ਹੈਰਾਨ ਕਰ ਦੇਣ ਵਾਲੀ ਖਬਰ ਹੈ। ਪਾਕਿਸਤਾਨ ਤੋਂ ਆਏ ਹਥਿਆਰ ਹੱਤਿਆ ਤੋਂ ਬਾਅਦ ਦੀ ਗੋਲਡੀ ਬਰਾੜ ਨੇ ਬਿਸ਼ਨੋਈ ਨੂੰ ਕਿਹਾ ਗਿਆਨੀ ਦਾ ਕੰਮ ਹੋ ਗਿਆ ਹੈ। ਪੰਜਾਬ ਦੇ ਗਾਇਕ ਅਤੇ ਕਾਂਗਰਸੀ ਆਗੂ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੀ ਜਾਂਚ 'ਚੋਂ ਵੱਡਾ ਖੁਲਾਸਾ ਹੋਇਆ। ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਹਥਿਆਰ ਪਾਕਿਸਤਾਨ ਤੋਂ ਆਏ ਸਨ, ਉਹਨਾਂ ਨੂੰ ਸਰਹੱਦ ਪਾਰ ਡਰੋਨ ਦੇ ਰਾਹੀਂ ਵੱਖ ਵੱਖ ਹਿੱਸਿਆਂ ਵਿੱਚ ਭੇਜਿਆ ਗਿਆ, ਬਾਅਦ ਵਿੱਚ ਉਹਨਾਂ ਨੂੰ ਸ਼ੂਟਰਾਂ ਦੇ ਕੋਲ ਲਿਜਾਇਆ ਗਿਆ। ਕੈਨੇਡਾ 'ਚੋਂ ਬੈਠੇ ਗੈਂਗਸਟਰ ਆਪਣੇ ਨੈੱਟਵਰਕ ਤੋਂ ਹਥਿਆਰ ਪੰਜਾਬ ਪਹੁੰਚਾਉਂਦੇ ਨੇ। ਇੱਕ ਫੋਰਚੂਨਰ ਸ਼ੱਕੀ ਗੱਡੀ ਮਿਲੀ ਆ, ਜਿਸ ਰਾਹੀਂ ਹਥਿਆਰ ਭੇਜੇ ਗਏ। ਇਸ ਦੇ ਨਾਲ ਮੂਸੇਵਾਲੇ ਦੇ
ਕਤਲ ਤੋਂ ਬਾਅਦ ਗੋਲਡੀ ਬਰਾੜ ਨੇ ਤਿਹਾੜ ਜੇਲ੍ਹ ਦੇ ਵਿੱਚ ਬੰਦ ਲਾਰੈਂਸ ਬਿਸ਼ਨੋਈ ਨੇ ਇਸ ਦੀ ਜਾਣਕਾਰੀ ਦਿੱਤੀ ਅਤੇ ਜਿਸ ਵਿੱਚ ਕਿਹਾ ਕਿ ਗਿਆਨੀ ਦਾ ਕੰਮ ਹੋ ਗਿਆ, ਕੋਡ ਵਰਤਿਆ ਗਿਆ, ਜਾਨੀ ਕਿ ਮੂਸੇਵਾਲੇ ਦਾ ਕਤਲ ਹੋ ਗਿਆ ਹੈ। ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਿਹਾ ਜੀ, ਕਰਜ਼ੇ ਦੇ ਜਾਲ 'ਚੋਂ ਫਸਿਆ ਪੰਜਾਬ। ਪਿਛਲੀ ਸਰਕਾਰ ਨੇ ਆਪ ਸਰਕਾਰ ਦੇ ਸਿਰ ਛੱਡੀ 24,000 ਕਰੋੜ ਰੁਪਏ ਦੀ ਦੇਣਦਾਰੀ। ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਿਹਾ ਜੀ, ਹੁਣ ਟੀਵੀ ਰਿਐਲਿਟੀ ਸ਼ੋਅ ਫਿਲਮਾਂ 'ਚੋਂ ਨਹੀਂ ਹੋਵੇਗਾ ਬਾਲ ਕਲਾਕਾਰਾਂ ਦਾ ਸ਼ੋਸ਼ਣ। NCPCR ਨੇ ਜਾਰੀ ਕੀਤੇ ਦਿਸ਼ਾ ਨਿਰਦੇਸ਼। ਬੱਚਿਆਂ ਦੀ ਸੁਰੱਖਿਅਤ ਹੋਵੇਗਾ ਵਾਤਾਵਰਨ। ਪੰਜਾਬ ਦੇ ਸਰਕਾਰੀ ਸਕੂਲਾਂ ਦੀ ਕੀਤੀ ਜਾਏਗੀ ਕਾਇਆਕਲਪ। ਸਕੂਲ ਆਫ ਐਮੀਨੈਸ ਨੇ ਕੀਤਾ ਜਾਵੇਗਾ ਤਬਦੀਲ। ਪੰਜਾਬ ਸਰਕਾਰ ਵੱਲੋਂ ਬਜਟ ਸੈਸ਼ਨ ਦੌਰਾਨ ਪੁਰਾਣੀ ਪੈਨਸ਼ਨ ਨਾ ਬਹਾਲ ਕਰਨ ਦੀ ਨਿੰਦਿਆ। ਬਠਿੰਡਾ ਡੱਬਵਾਲੀ ਰੋਡ ਦੇ ਪ੍ਰਦਰਸ਼ਨ ਦੌਰਾਨ ਕਿਸਾਨਾਂ ਅਤੇ ਪੁਲਿਸ ਦੇ ਵਿਚਾਲੇ ਹੋਈ ਹੱਥੋਪਾਈ। ਪੰਜਾਬ ਦੀਆਂ ਔਰਤਾਂ ਨੂੰ 1,000 ਰੁਪਏ ਮਹੀਨਾ ਕਦੋਂ ਮਿਲੇਗਾ, ਸਦਨ 'ਚ ਚੁੱਕਿਆ ਗਿਆ ਸਵਾਲ। ਬਾਜਵਾ ਅਤੇ ਵੜਿੰਗ ਪਹੁੰਚੇ ਆਈਏਐਸ ਸੰਜੇ ਪੋਪਲੀ ਦੇ ਘਰ। SSP ਬੋਲੇ ਕਾਰਤਿਕ ਨੇ ਆਪਣੀ ਪਿਸਟਲ ਨਾਲ ਮਾਰੀ ਖੁਦ ਨੂੰ ਗੋਲੀ। ਇਕਲੌਤੇ ਪੁੱਤਰ ਦੀ ਮੌਤ ਤੋਂ ਬਾਅਦ ਮਾਂ ਨੇ ਕਿਹਾ ਕਿ ਉਸ ਦੇ ਪੁੱਤ ਦੀ ਮੌਤ ਲਈ ਪੰਜਾਬ ਪੁਲਿਸ ਜ਼ਿੰਮੇਵਾਰ ਹੈ। ਉਸ ਨੇ ਕਿਹਾ ਕਿ ਜਦੋਂ ਇਹਨਾਂ ਪੁਲਿਸ ਵਾਲਿਆਂ ਦੀ ਵਰਦੀ ਨਾ ਉਤਰਵਾਈ ਤਾਂ ਉਹ ਪੁੱਤ ਦੇ ਖੂਨ ਲੱਗੇ ਹੱਥ ਨਹੀਂ ਧੋਵੇਗੀ। ਵਿਜੀਲੈਂਸ ਨੇ 4 ਦਿਨ ਪਹਿਲਾਂ ਹੀ ਸੰਜੇ ਪੋਪਲੀ ਨੂੰ ਕਰਪਸ਼ਨ ਦੇ ਮਾਮਲੇ 'ਚੋਂ ਚੰਡੀਗੜ੍ਹ ਤੋਂ ਗ੍ਰਿਫਤਾਰ ਕੀਤਾ ਸੀ, ਜਿਸ ਦੇ ਖਿਲਾਫ਼ ਜਾਂਚ ਜਾਰੀ ਹੈ। ਆਪ ਦੇ ਸੀਨੀਅਰ ਆਗੂ ਨੇ ਲਗਾਇਆ ਮੌਤ ਨੂੰ ਗਲੇ। 2 ਦਿਨ ਪਹਿਲਾਂ ਹੀ ਬਣਾਇਆ ਗਿਆ ਸੀ ਚੇਅਰਮੈਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਖੇਤੀਬਾੜੀ ਸਹਿਕਾਰੀ ਸਭਾ ਦੇ ਨਵ ਨਿਯੁਕਤ ਚੇਅਰਮੈਨ ਡਾਕਟਰ ਅਜੇਪਾਲ ਨੇ ਮਾਛੀਵਾੜਾ ਸਥਿਤ ਰਿਹਾਇਸ਼ 'ਤੇ ਖੁਦਕੁਸ਼ੀ ਕਰ ਲਈ ਹੈ। 2 ਦਿਨ ਪਹਿਲਾਂ ਹੀ ਖੇਤੀਬਾੜੀ ਸਹਿਕਾਰੀ ਸਭਾ ਦਾ ਚੇਅਰਮੈਨ ਬਣਾਇਆ ਗਿਆ ਸੀ ਅਜੇਪਾਲ। ਪਾਰਟੀ ਤਰਫੋਂ ਮਿਲੀ ਜ਼ਿੰਮੇਵਾਰੀ ਤੋਂ ਇੰਨੇ ਖੁਸ਼ ਸਨ ਕਿ ਲਗਾਤਾਰ ਵਧਾਈਆਂ ਦਾ ਦੌਰ ਚੱਲ ਰਿਹਾ ਸੀ। ਰਾਤ 10 ਵਜੇ ਆਪਣੇ ਘਰ ਆਏ, ਖਾਣਾ ਖਾ ਕੇ ਆਪਣੇ ਕਮਰੇ 'ਚ ਗਏ ਤਲੇ। ਸਵੇਰੇ ਜਦੋਂ ਕਾਫੀ ਸਮਾਂ ਹੋਣ ਬਾਅਦ ਵੀ ਨਹੀਂ ਜਾਗੇ ਤਾਂ ਉਹਨਾਂ ਦੀ ਪਤਨੀ ਨਾਲ ਦੂਸਰੇ ਕਮਰੇ 'ਚੋਂ ਧੀ ਸੁੱਤੀ ਪਈ ਸੀ। ਉਹਨਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ, ਅੰਦਰੋਂ ਕੁੰਡੀ ਲੱਗੀ ਸੀ। ਅਚਾਨਕ ਕਮਰੇ ਦੀ ਖਿੜਕੀ 'ਤੇ ਝਾਤ ਮਾਰੀ ਤਾਂ ਉਹਨਾਂ ਦੀ ਲਾਸ਼ ਪੱਖੇ ਦੇ ਨਾਲ ਲਟਕਰਾਈ ਸੀ। ਸੋ ਪੁਲਿਸ ਮੌਕੇ 'ਤੇ ਪਹੁੰਚੀ, ਅੰਦਰੋਂ ਬੰਦ ਦਰਵਾਜ਼ੇ ਨੂੰ ਤੋੜਿਆ ਅਤੇ ਪੱਖੇ ਦੇ ਨਾਲ ਲਟਕਦੀ ਲਾਸ਼ ਨੂੰ ਹੇਠਾਂ ਉਤਾਰਿਆ। ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਦ੍ਰੋਪਦੀ ਮੁਰਮੂ ਅਤੇ ਹੇਮੰਤ ਸੋਰੇਨ ਤੋਂ